thank you بسم اللہ الرحمن الرحیم السلام علیکم ورحمۃ اللہ وبرکاتہ میں ਤੁਹਾਡਾ ਆਪਣਾ वीर ادریس ਜੱਟ YouTube ਚੈਨਲ ਸਾਡੇ ਪੰਜਾਬ ਦੇ ਰੰਗ ਦੀ 320 ਵਾਲਾ ਜਿਹੜਾ ਕਿ ਐਕਸੀਡੈਂਟ ਦੇ ਨਾਲ ਫੌਤ ਹੋ ਗਿਆ ਵਾ ਉਹਨਾਂ ਦੇ ਨਾਲ ਤੁਹਾਡਾ ਕਿੰਨਾ ਹਰਸਾ ਗੁਜ਼ਰਿਆ ਵਾ ਤੇ ਕਿਵੇਂ ਦਾ ਉਹ ਬੰਦਾ ਸੀ ਭਾਜੀ ਉਸ ਬੰਦੇ ਦੇ ਨਾਲ ਤਕਰੀਬਨ ਜਦੋਂ ਕੋਈ ਕਬੱਡੀ ਸ਼ੁਰੂ ਕੀਤੀ ਨਾ ਉਦੋਂ ਕੀ ਅਸੀਂ ਕਬੱਡੀ ਸ਼ੁਰੂ ਕੀਤੀ ਤੇ ਥੋੜੇ ਥੋੜੇ ਜਿਹੇ ਸਾਡੇ ਨਾਲ ਸੀਨੀਅਰ ਸੀ ਤੇ ਕੁਝ ਮਹੀਨੇ ਇੱਕ ਸੀਨੀਅਰ ਸੀ ਔਰ ਅੱਛਾ ਪਲੇਅਰ ਸੀ ਔਰ ਪਲੇਅਰ ਅੱਛਾ ਹੋਣ ਦੇ ਬਾਵਜੂਦ ਇਨਸਾਨ ਬਹੁਤ ਅੱਛਾ ਸੀ ਮੇਰਾ ਬਹੁਤ ਜ਼ਿਆਦਾ ਉਹਦੇ ਨਾਲ ਟਾਈਮ ਗੁਜ਼ਰਿਆ ਇਕੱਠੇ ਰਹੇ ਵੀ ਜਾਂ ਸਫ਼ਰ ਵੀ ਕੀਤਾ ਰਾਤ ਵੀ ਇਕੱਠੀ گزارਦੇ ਰਹੇ ਹਾਂ ਮਤਲਬ ਕਿਤੇ ਮੈਚ ਤੇ ਗਏ ਹਾਂ ਅੱਗੇ ਪਿੱਛੇ ਇਕੱਠੇ ਹੀ ਰਹਿਣਾ ਗੱਲਾਂ ਬਾਤਾਂ ਕਰਨੀਆਂ ਉਹ ਹਾਸਮੋਖ ਸੀ ਔਰ ਸਭ ਤੋਂ ਜਿਹੜੀ ਅੱਛੀ ਗੱਲ ਮੈਨੂੰ ਪਲੇਅਰਾਂ ਤੋਂ ਜ਼ਿਆਦਾ ਉਹਦੇ ਵਿੱਚ ਇਹ ਲੱਗੀ ਕਿ ਉਹ ਕਦੀ ਕਿਸੇ ਲਈ ਬੁਗਜ਼ ਨਹੀਂ ਸੀ ਰੱਖਦਾ ਮਤਲਬ ਜੇ ਉਹ ਬੰਦਾ ਆਪ ਖੇਡਣ ਡਿਆ ਨਾ ਉਹ ਬੈਸਟ ਨਹੀਂ ਹੋ ਰਿਹਾ ਉਹਨੇ ਨਾਲ ਦੇ ਜਾਫੀ ਨੂੰ ਬੈਸਟ ਕਰਾ ਦੇਣਾ ਨਹੀਂ ਤੇ ਇੱਥੇ ਇਹਦੇ ਵਿੱਚ ਸਿਸਟਮ ਕਬੱਡੀ 'ਚ ਚੱਲਦਾ ਕੋਸ਼ਿਸ਼ ਕਰਦੇ ਹੁੰਦੇ ਕਿ ਯਾਰੇ ਬੰਦਾ ਬੈਸਟ ਨਾ ਹੋਵੇ ਮੈਂ ਬੈਸਟ ਹੋ ਜਾ। ਤੇ ਉਹ ਬੰਦਾ ਬੜਾ ਅੱਛਾ ਇਨਸਾਨ ਸੀ। ਔਰ ਮੇਰੇ ਤੇ ਦੱਸਣ ਦੀ ਜ਼ਰੂਰਤ ਹੀ ਨਹੀਂ ਹੈ ਕਿਉਂਕਿ ਦੁਨੀਆ ਨੂੰ ਉਹਦੀ ਜਿਹੜੀ ਮੌਤ ਹੈ ਨਾ ਉਹਦਾ ਇੰਤਕਾਲ ਕਰ ਜਾਣਾ ਉਹੀ ਜਵਾਬ ਦਿੰਦੀ ਦੁਨੀਆ ਨੂੰ ਕਿ ਉਹ ਕਿੱਡਾ ਅੱਛਾ ਇਨਸਾਨ ਸੀ। ਬਿਲਕੁਲ ਬਿਲਕੁਲ अच्छा भाई ने कदी मैच ਦੇ ਦੌਰਾਨ ਕਿਉਂਕਿ ਤੁਸੀਂ ਰੇਡਰ ਦੇ ਕੋਈ ਕੋਈ ਉਹਨਾਂ ਦੇ ਨਾਲ ਫਾਈਟ ਜਾਂ ਕੋਈ ਅਨਬਣ ਕੋਈ ਹੋ ਜਾਂਦੀ ਹੈ ਕੋਈ ਇਸ ਤਰ੍ਹਾਂ ਦੀ ਹੋਈ ਹੋਵੇ ਭਾਜੀ ਮੇਰੇ ਨਾਲ ਤਾਂ ਕੀ ਉਹਦੀ ਹੋਣੀ ਮੈਂ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਵੀ ਕਦੀ ਕਿਸੇ ਨਾਲ ਉਹਦੀ ਉਨੀ ਕੀ ਨਹੀਂ ਹੋਈ ਹੋਣੀ ਮੇਰੇ 아이 ਮੈਂ ਇੱਕ ਦਿਨ ਦੇਖਣ ਡਿਆ ਸਾਂ ਕਿ ਬਲਾਲ ਮੋਸਨ ਟਿੱਲੂ ਨੇ ਜਦੋਂ ਜਦੋਂ ਜਾਫਾ ਲਾਇਆ ਨਾ ਪਹਿਲੇ ਫੜ ਲਿਆ ਸੀ ਤੇ ਮੁੜ ਕੇ ਉਹਨੇ ਜਦੋਂ ਉਤੋਂ ਦੀ ਰੇਡ ਮਾਰੀ ਹੈ ਯਾਰ ਉਸ ਬੰਦੇ ਨੇ ਉੱਠ ਕੇ ਜਾ ਕੇ ਉਹਨੂੰ ਫੇਰ ਥਾਪੀ ਦਿੱ ਹਾਂ ਜੀ ਕਿ ਸਤ ਜੀ ਲੇਕਿਨ ਉਹ ਛੱਟ ਵੀ ਕੁਸ਼ਣਾਂ ਨੂੰ ਲੱਗੀ ਸੀ ਹਾਂ ਜੀ ਉਹਦੀ ਨਾ ਉਹ ਰੈਸਟ ਹੁਣ ਇਸ ਉਹ ਛੱਟ ਦੀ ਵਜ੍ਹਾ ਨਾਲ ਹੀ ਕਰ ਰਿਹਾ ਸੀ ਉਹਦੇ ਨਾ ਇਹ ਮੋੜੇ ਨੂੰ ਪ੍ਰੋਬਲਮ ਬਣ ਗਈ ਸੀ ਤੇ ਬਹੁਤ ਅੱਛਾ ਇਨਸਾਨ ਸੀ ਅੱਲਾਹ ਪਾਕ ਉਹਨਾਂ ਦੇ ਵਾਲਦਿਆਂ ਨੂੰ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ ਹੋ ਉਹਨਾਂ ਦੇ ਵਾਲਦਿਆਂ ਨੂੰ ਪੈਗਾਮ ਸਾਡਾ ਇਹ ਹੀ ਹੈ ਕਿ ਸਾਡੀ ਤੇ ਦੁਆ ਹੈ ਉਹਨਾਂ ਵਾਸਤੇ ਕਿ ਅੱਲਾਹ ਪਾਕ ਉਹਨਾਂ ਨੂੰ ਸਬਰ ਦੇ ਤੇ ਬਕਾਇਆ ਉਹਨਾਂ ਦੇ ਬੇਟੇ ਨੇ ਉਹਨਾਂ ਦਾ ਬੜਾ ਨਾਮ ਰੋਸ਼ਨ ਕੀਤਾ ਉਹਨਾਂ ਤੋਂ ਜ਼ਿਆਦਾ ਪਿੰਡ ਦਾ ਬਹੁਤ ਨਾਮ ਰੋਸ਼ਨ ਕੀਤਾ ਪਿੰਡ ਦਾ ਨਹੀਂ ਜੀ ਪੂਰੇ ਪਾਕਿਸਤਾਨ ਪੂਰੇ ਪਾਕਿਸਤਾਨ ਦਾ ਮਤਲਬ ਉਹਨਾਂ ਦੇ ਪਿੰਡ ਆ ਕਿਉਂਕਿ ਉਹਦੇ ਮਾਪੇ ਨੇ ਉਹਦੇ ਪਿੰਡ ਵਾਲਿਆਂ ਨਾਲ ਵਰਤਣਾ ਬਿਲਕੁਲ ਪਿੰਡ ਵਾਲਿਆਂ ਨੇ ਮਾਪੇ ਦਾ ਵਰਤਣਾ ਇਸ ਚੱਕਰ ਚ ਹੈ ਕਿ ਮੈਂ ਤੇ ਜਦੋਂ ਕਿਤੇ ਜਾਵਾਂਗਾ ਜਾਂ ਕੋਈ ਹੋਰ ਪਲੇਅਰ ਜਾਏਗਾ ਮੁਲਾਕਾਤ ਹੋਏਗੀ ਫਿਰ ਗੱਲਾਂ ਉਹਨਾਂ ਨੇ ਉਸ ਪਿੰਡ 'ਚ ਰਹਿਣਾ ਇਸ ਕਰਕੇ ਉਹਦੇ ਪਿੰਡ ਵਾਲੇ ਜਿਹੜੇ ਨਾ ਉਹ ਬੋੜੇ ਉਹਨਾਂ ਨੂੰ ਮਸ਼ਕੂਰ ਹੋਣਾ ਚਾਹੀਦਾ ਉਸ ਬੰਦੇ ਦਾ ਸ਼ਕੀਲ ਜੱਟ ਦਾ ਕਿ ਉਸ ਪਿੰਡ ਦਾ ਉਹਨੇ ਬੜਾ ਨਾਮ ਰੋਸ਼ਨ ਕੀਤਾ ਉਹ ਤਾਂ ਮੁਲਕ ਦਾ ਤੇ ਫਿਰ ਉਹਨੇ ਕੀਤਾ ਹੀ ਕੀਤਾ ਨਾ ਬਿਲਕੁਲ ਕਿ ਤੁਸੀਂ ਕਿੰਨੇ ਭਾਈ ਜੇ ਅਸੀਂ ਤਿੰਨ ਭਾਈ ਤਿੰਨਾਂ ਦੇ ਵਿੱਚੋਂ ਤੁਸੀਂ ਇਕੱਲੇ ਖੇਡਦੇ ਜੇ ਕਿ ਦੂਸਰੇ ਵੀ ਖੇਡਦੇ ਨਹੀਂ ਸ਼ੁਰੂ ਚ ਪਹਿਲੇ ਤਿੰਨੀ ਖੇਡਦੇ ਸੀ ਤੇ ਫਿਰ ਆਸ-ਆਸਤਾ ਉਹਨਾਂ ਦੀ ਸਪੋਰਟ ਦੇ ਨਾਲ ਤੇ ਫਿਰ ਮੈਂ ਇਕੱਲਾ ਖੇਡਣ ਲੱਗ ਪਿਆ ਇਹ ਤੁਹਾਨੂੰ ਇਕੱਲੇ ਨੂੰ ਸ਼ੌਕ ਸੀ ਜਾਂ ਵਾਲਦ ਸਾਹਿਬ ਨੂੰ ਜਾਂ ਭਰਾਵਾਂ ਦੇ ਸ਼ੌਕ ਦੇ ਨਾਲ ਸਾਡੇ ਪਹਿਲੇ ਦਾਦਾ ਸਾਬ ਖੇਲਦੇ ਸੀ ਉਸ ਤੋਂ ਬਾਅਦ ਫਿਰ ਵਲਦ ਦੇਨ ਖੇਲਦੇ ਸੀ ਚਾਚਾ ਖੇਲਦਾ ਸੀ ਚਾਚਾ ਬਹੁਤ ਅੱਛਾ ਪਲੇਅਰ ਸੀ ਉਸ ਤੋਂ ਬਾਅਦ ਫਿਰ ਕਜ਼ਨ ਸੀ ਚਾਚੇ ਦਾ ਕੀ ਨਾਮ ਸੀ ਤਾਜ ਗੁਜਰ ਤਾਜ ਗੁਜਰ ਹਾਂਜੀ ਤੇ ਫਿਰ ਕਜ਼ਨ ਸੀ ਇਰਫਾਨ ਗੁਜਰ ਪਾਕਿਸਤਾਨ ਆਰਮੀ ਦਾ ਪਲੇਅਰ ਸੀ ਤੇ ਉਹਨਾਂ ਦੀ ਫਿਰ 2012 ਚ ਡੈਥ ਹੋ ਗਈ ਸੀ ਬਹੁਤ ਅੱਛੇ ਪਲੇਅਰ ਸੀ ਤੇ ਉਸ ਤੋਂ ਬਾਅਦ ਫਿਰ ਕੰਟੀਨਿਊਸ ਰੱਖੀ ਮੈਂ ਉਹਨਾਂ ਦੇ ਸ਼ੌਕ ਨੂੰ ਗਾਂ ਲੈ ਕੇ ਚੱਲਿਆ ਰਿਆਂ ਅੱਛਾ ਪਾਏ ਨੇ ਇਹ ਤਕਰੀਬਨ ਤੁਸੀਂ ਜਿਹੜੇ ਆ ਵੱਡੇ ਮੈਚ ਖੇੜਨੇ ਸ਼ੁਰੂ ਕੀਤੇ ਆ ਕਿਹੜੇ ਸੇਜ ਦੇ ਵਿੱਚ ਆਣ ਕੇ ਸ਼ੁਰੂ ਕਰ ਦਿੱਤੇ ਸੀ ਪਾਜੀ ਮੈਂ ਤਕਰੀਬਨ 21-22 ਸਾਲ ਦੀ ਉਮਰ ਸੀ 20 ਕੀ 22 ਸਾਲ ਇੱਥੇ ਕੀ ਆਪਣੀ ਤਾਲੀਮ ਕਿੰਨੀ ਆ ਮੇਰੀ ਤਾਲੀਮ ਹੈ میٹرਕ میٹرਕ ਤਾਲੀਮ ਆ ਤੇ ਆਪਣਾ ਉਸਤਾਦ ਕੌਣ ਜਿਹੜੇ ਜਿਸ ਜਿਹੜੇ ਤੁਹਾਨੂੰ ਸਿਖਾਈ ਆ ਜਿਹੜਾ ਤੁਹਾਨੂੰ ਲੈ ਕੇ ਚੱਲ ਰਿਹਾ ਪਹਿਲੇ ਮੇਰਾ ਉਸਤਾਦ ਸੀ ਮੇਰਾ ਕਜ਼ਨ ਹੀ ਮੇਰਾ ਭਾਈ ਇਰਫਾਨ ਗੁਜਰ ਤੇ ਉਹਨਾਂ ਦੀ ਡੈਥ ਤੋਂ ਬਾਅਦ ਫਿਰ ਮੈਂ ਅੱਗੇ ਵੀ ਇੱਕ ਇੰਟਰਵਿਊ ਪਾਈ ਲੈਣਾ ਏ ਸੀ ਤੇ ਉਹਨਾਂ ਨੂੰ ਮੈਂ ਦੱਸਿਆ ਸੀ ਇੰਟਰਵਿਊ 'ਚ ਤੇ ਉਸ ਤੋਂ ਬਾਅਦ ਫਿਰ ਨਾ ਹਾਫਿਜ਼ ਫਰੀਆਦ ਸੀ ਗੰਡਾ ਸਿੰਘ ਤੋਂ ਉਹਨਾਂ ਕੋ ਮੈਂ ਚਲ ਗਿਆ ਉਹਨਾਂ ਕੋ ਜਾ ਕੇ ਫਿਰ ਮੈਂ ਉੱਥੇ ਜ਼ਿਆਦਾ ਟ੍ਰੇਨਿੰਗ ਕਰਦਾ ਰਿਹਾ ਤੇ ਜ਼ਿਆਦਾਤਰ ਟਾਈਮ ਉੱਥੇ ਹੀ ਅੱਜ ਤੱਕ ਉੱਥੇ ਕਰਦਾ ਟ੍ਰੇਨਿੰਗ ਅੱਛਾ ਪਹਿਲੇ ਤੁਹਾਡੇ ਮੈਚ ਬਹੁਤ ਜ਼ਿਆਦਾ ਦੇਖੀਦੇ ਸੀ ਅੱਜ ਕੱਲ ਕਿਉਂ ਘੱਟ ਨਜ਼ਰ ਆ ਰਹੇ ਭਾਜੀ ਪਹਿਲੇ ਬੰਦੇ ਦੀ ਫਿਟਨੈਸ ਦਾ ਵੀ ਹਿਸਾਬ ਹੁੰਦਾ ਕੋਈ ਤੇ ਕੁਝ ਇੰਜੀਨੀਆਂ ਹੋ ਗਈਆਂ ਉਹਨਾਂ ਦੀ ਵਜ੍ਹਾ ਦੇ ਨਾਲ ਤੇ ਮੈਨੂੰ ਫਰਕ ਪਿਆ ਤੇ ਇਨਸ਼ਾਅੱਲਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੀ ਦੁਆ ਨਾਲ ਅੱਲਾ ਦੇ ਹੁਕਮ ਦੇ ਨਾਲ ਬਿਹਤਰ ਹੋਏਗਾ ਕੰਮ ਇਨਸ਼ਾਅੱਲਾ ਅੱਲਾ ਪਾਕ ਬੁਰੀ ਨਜ਼ਰ ਤੋਂ ਬਚਾਵੇ ਅੱਛਾ ਪਾਏ ਨਾ ਇਹ ਦੱਸੋ ਕਿ ਤੁਸੀਂ ਜਿਹੜੀ ਜਿੰਮ ਜਿਹੜੀ ਜਿੰਮ ਕਿੰਨੇ ਘੰਟੇ ਕਰਦੇ ਜੀ ਭਾਜੀ ਜਿੰਮ ਹੁਣ ਤੇ ਫੈਸ਼ਨ ਹੋ ਗਿਆ ਨਾ ਜਿੰਮ ਕਰਨਾ ਮਗਰ ਗਰਾਉਂਡ ਟ੍ਰੇਨਿੰਗ ਜ਼ਿਆਦਾ ਮੇਰੇ ਤਾਂ ਆਈਡੀਆ ਹੈ ਕਰਨੀ ਚਾਹੀਦੀ ਬੰਦੇ ਨੂੰ ਜਿਮ ਜਿਹੜੀ ਉਹ ਕੋਆਰਡੀ ਨਹੀਂ ਸਿਖਾਉਂਦੀ ਕੋਆਰਡੀ ਵਾਸਤੇ ਬੰਦੇ ਨੂੰ ਗਰਾਉਂਡ ਟ੍ਰੇਨਿੰਗ ਹੀ ਕਰਨੀ ਚਾਹੀਦੀ ਔਰ ਕਿਸੇ ਚੰਗੇ ਉਸਤਾਦ ਦਾ ਸ਼ਾਗਿਰਦ ਹੋਣਾ ਚਾਹੀਦਾ ਜਿਨੇ ਕੋਆਰਡੀ ਖੇਡੀ ਹੋਵੇ ਮੈਂ ਮਸਲਨ ਸੁਰਾ ਦਿਵਾਗਾ ਸਭ ਤੋਂ ਪਹਿਲੇ ਮੈਂ ਤੇ ਲਾਈਕ ਕਰਦਾ ਜਿਸ ਹਿਸਾਬ ਨਾਲ ਹੁਣ ਬ੍ਰਾਂਡ ਚੱਲ ਰਹੇ ਆ ਮਗਰ ਜਿਨ੍ਹਾਂ ਨੇ ਕੋਆਰਡੀ ਖੇਡੀ ਮੈਂ ਜਿਨ੍ਹਾਂ ਨੂੰ ਪਸੰਦ ਕਰਦਾ ਉਹ ਹੈ ਆਵਾਸ ਬੱਟ ਤੇ ਤਾਰਾ ਗੁਜਰ ਸਹੀ ਉਹਨਾਂ ਨੂੰ ਪਤਾ ਹੈ ਕਿ ਕੌਡੀ ਕਿਦਾਂ ਖੜਾਣੀ ਹੈ ਤੇ ਉਹ ਖੜਾਉਂਦੇ ਵੀ ਹੈ ਤੇ ਉਹਨਾਂ ਦੇ ਥੱਲੇ ਮੈਂ ਰਹਿ ਕੇ ਦੇਖਿਆ ਖੇਡ ਕੇ ਉਹ ਅੱਛੇ ਪਲੇਅਰ ਵੀ ਹੈ ਤੇ ਅੱਛੇ ਹਾਂ ਸਾਰੇ ਹੀ ਅੱਛੇ ਹੈ ਮਗਰ ਜਿਨ੍ਹਾਂ ਨੇ ਜ਼ਿਆਦਾ ਟਾਈਮ ਗੁਜ਼ਰਿਆ ਹੋਵੇ ਨਾ ਉਹਨਾਂ ਦਾ ਦੱਸਣਾ ਚਾਹੀਦਾ ਕਿ ਉਹ ਬੰਦੇ ਠੀਕ ਅੱਛਾ ਭਾਈ ਨਾ ਸਵੇਰ ਜਿਹੜੀ ਉੱਠ ਕੇ ਐਕਸਰਸਾਈਜ਼ ਕਰਦੇ ਜੇ ਕਿੰਨੇ ਵਜੇ ਉੱਠਦੇ ਜੇ ਸ਼ਾਮ ਨੂੰ ਕਿੰਨੇ ਵੇ ਕਰਦੇ ਭਾਜੀ ਇਹ ਇਹ ਬੰਦੇ ਦੀ ਆਪਣੀ ਪਹੁੰਚ ਦੀ ਗੱਲ ਹੈ ਕਿ ਜਿੰਨੀ ਉਹਦੇ ਚ ਹਿੰਮਤ ਹੈ ਉਹ ਕਰ ਸਕਦਾ ਉਹ ਕਰੇ ਕਿਉਂਕਿ ਮਿਹਨਤ ਜਿਹੜੀ ਨਾ ਇਹਨੂੰ ਮਾਪਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਕਿ ਇਹ ਇੰਨੀ ਹੋਣੀ ਚਾਹੀਦੀ ਇੰਨੇ ਘੰਟੇ ਹੋਣੇ ਚਾਹੀਦੀ ਕਿਉਂਕਿ ਹਰ ਬੰਦਾ ਆਪਣੇ ਹਿਸਾਬ ਨਾਲ ਕਰਦਾ ਕੋਈ 2 ਘੰਟੇ ਕੋਈ 4 ਘੰਟੇ ਕੋਈ 5 ਘੰਟੇ ਫਿਰ ਉਹਦੇ ਹਿਸਾਬ ਨਾਲ ਐਵਰੇਜ ਦਿੰਦਾ ਤੇ ਮਿਹਨਤ ਜਿੰਨੀ ਜ਼ਿਆਦਾ ਹੋਵੇ ਉਨੀ ਚੰਗੀ ਹੈ ਬੰਦੇ ਵਾਸਤੇ ਪਰ ਮਿਹਨਤ ਤੋਂ ਜ਼ਿਆਦਾ ਖਰਾਕ ਜਿਹੜੀ ਹੈ ਉਹ ਲਾਜ਼ਮੀ ਹੈ ਅੱਛਾ ਭਾਈਨ ਕੇਸ ਮਹਿਕਮੇ ਦੇ ਨਾਲ ਬਿਲਾਉਂ ਕਰਦੇ ਤੁਸੀਂ ਮੈਂ ਪਾਕਿਸਤਾਨ ਵਾਬੜਾ ਨਾਲ ਭਾਜੀ ਲੌਂ ਕਰਦਾ ਮੈਂ ਫੈਸਲਾਬਾਦ ਵਰਤੀ ਹਾਂ ਅੱਛਾ ਸ਼ਾਦੀ ਆਪਣੀ ਹੋ ਗਈ ਜਾਂ ਨਹੀਂ ਅਜੇ ਨਹੀਂ ਹਜੇ ਨਹੀਂ ਭਾਜੀ ਤੇ ਕੀ ਪ੍ਰੋਗਰਾਮ ਅਗੇ ਦਾ ਅੱਲਾ ਨੂੰ ਜੋ ਮਨਜ਼ੂਰ ਹੈ ਬੰਦਾ ਤੇ ਬਹੁਤ ਕੁਝ ਸੋਚਦਾ ਤੇ ਇਨਸ਼ਾਅੱਲਾ ਅੱਲਾ ਚੰਗੀਆਂ ਕਰੇਗਾ ਅੱਛਾ ਪਾਏ ਨਾ ਅੱਜ ਤੱਕ ਕੋਈ ਦੀ ਕੋਈ ਬਾਹਰ ਦਾ ਟੂਰ ਵੀ ਲੱਗਾ ਅਜੇ ਤੱਕ ਨਹੀਂ ਭਾਈ ਕੋਸ਼ਿਸ਼ ਕੀਤੀ ਸੀ ਪਰ ਦਾਣਾ ਪਾਣੀ ਨਹੀਂ ਹਜੇ ਹੈ ਅੱਲਾ ਨੂੰ ਮਨਜ਼ੂਰ ਨਹੀਂ ਜਿੱਦਣ ਹੋਇਆ ਉਹਦਣ ਇਨਸ਼ਾਅੱਲਾ ਚੱਲ ਜਾਾਂਗੇ ਇਨਸ਼ਾਅੱਲਾ ਅੱਲਾ ਪਾਕ ਜਲਦੀ ਉਹ ਵਕਤ ਲੈ ਕੇ ਆਏਗਾ ਅੱਛਾ ਪਾਏ ਨੇ ਦੱਸੋ ਕਿ ਦੁਪਹਿਰ ਦੇ ਟਾਈਮ ਜਿਹੜਾ ਖਾਣਾ ਖਾਂਦੇ ਜੇ ਉਹ ਖੇਡਣ ਤੋਂ ਕਿੰਨੀ ਦੇਰ ਪਹਿਲੇ ਖਾ ਲੈਣਾ ਚਾਹੀਦਾ ਭਾਈ ਕਮਸ ਕਮ ਤੁਸੀਂ 3 ਘੰਟੇ ਪਹਿਲੇ ਤੇ ਖਾਣਾ ਖਾਓ ਨਾ ਤੇ ਜਿਹੜਾ ਤੁਹਾਨੂੰ ਗਰਾਉਂਡ ਟਾਈਮ ਲਈ ਹਜ਼ਮ ਹੋ ਜੇ ਤੁਸੀਂ ਫਿਰ ਜਾਓ ਤੇ ਤੁਹਾਨੂੰ ਪਰੇਸ਼ਾਨੀ ਕੋਈ ਨਾ ਬਣੇ ਖੇਡਦੇ ਯਾਨੀ ਕਿ ਰਾਤਾਂ ਦਾ ਅੱਜਕੱਲ ਬਹੁਤ ਲੰਮੀਆਂ ਤੇ ਫਿਰ ਰਾਤ ਨੂੰ ਫੇਰ ਭੁੱਖ ਲੱਗ ਜਾਉ ਨਹੀਂ ਤੁਸੀਂ ਖਾਓ ਇਹਦੇ ਕਿਹੜਾ ਕੋਈ ਪਾਬੰਦੀ ਹੈ ਜੇ ਤੁਹਾਡਾ ਮੈਦਾ ਜ਼ਿਆਦਾ ਕੰਮ ਕਰਦਾ ਤੁਸੀਂ ਜ਼ਿਆਦਾ ਖਾਓ ਕਿਉਂਕਿ ਤੁਸੀਂ ਮਿਹਨਤ ਕਰਨੀ ਹੈ ਤੇ ਖਾਣਾ ਤੇ ਕੋਈ ਐਡੀ ਪ੍ਰੋਬਲਮ ਨਹੀਂ ਤੁਹਾਨੂੰ ਖਾਣਾ ਚਾਹੀਦਾ ਅੱਜ ਕੱਲ ਬਹੁਤ ਜ਼ਿਆਦਾ ਇਹ ਚੱਲ ਰਿਹਾ ਵਾ ਕਿ ਅਕਸਰ ਜਿਹੜੇ ਲੋਕ ਕਬੱਡੀ ਨਹੀਂ ਨਾ ਖੇਡਦੇ ਉਹ ਕੋਈ ਕਿਸਦਾ ਪੇਟ ਵੱਧ ਗਿਆ ਕਿਸੇ ਨੂੰ ਕੋਈ ਬਿਮਾਰੀ ਲੱਗ ਗਈ ਕਿ ਇਹਨਾਂ ਵਾਸਤੇ ਛੋਟੇ-ਮੋਟੇ ਕੋਈ ਸ਼ਾਰਟਕਟ ਜਿਹਾ ਟਿਪਸ ਦੱਸੋ ਨਾ ਕਿ ਜੇ ਪੇਟ ਫੂਡ ਦਾ ਮਸਲਾ ਫਾਰ ਐਗਜ਼ਾਮਪਲ ਤੁਸੀਂ ਮੇਥੇ ਲਾ ਲਓ ਭਾਜੀ ਵਾਕ ਕਰਨੀ ਚਾਹੀਦੀ ਏ ਬੰਦੇ ਨੂੰ ਸਲਾਦ ਇਸਤੇਮਾਲ ਕਰੇ ਜ਼ਿਆਦਾ ਮੁਕਾਇਆ ਇਹ ਹੈ ਕਿ ਨਿੰਬੂ-ਸ਼ਿੰਬੂ ਇਸਤੇਮਾਲ ਕਰੇ ਤੇ ਚਰਬੀ ਨੂੰ ਜਰਾ ਘੱਟ ਕਰਦਾ ਤੇ ਉਸ ਤੋਂ ਬਾਅਦ ਜਿੰਨੀ ਕਿ ਜ਼ਿਆਦਾ ਕਰ ਸਕਦਾ ਹੈ ਆਪਣੇ ਆਪ ਨੂੰ ਤੰਗੀ ਜਿਸਮ ਨੂੰ ਦੇ ਸਕਦਾ ਉਹਨੂੰ ਦੇਣੀ ਚਾਹੀਦੀ। ਯਾਨੀ ਕਿ ਐਕਸਰਸਾਈਜ਼ ਕਰਦੇ ਰਹਿਣਾ ਚਾਹੀਦਾ। ਹਾਂਜੀ ਕਰਦੇ ਰਹਿਣਾ ਚਾਹੀਦਾ। ਅੱਛਾ ਭਾਈ ਜਿਹੜਾ ਵਾ ਸਰਦੀਆਂ ਤੇ ਗਰਮੀਆਂ ਦੀ ਟ੍ਰੇਨਿੰਗ 'ਚ ਕਿੰਨਾ ਫਰਕ ਹੈ? ਭਾਈ ਗਰਮੀਆਂ ਦੀ ਟ੍ਰੇਨਿੰਗ ਜਿਹੜੀ ਹੈ ਉਹ ਹੋਰ ਹੌਸਾਬ ਦੀ ਹੈ। ਸਰਦੀਆਂ ਦੀ ਹੋਰ ਹੌਸਾਬ ਦੀ। ਸਰਦੀਆਂ ਦੀ ਟ੍ਰੇਨਿੰਗ ਦੇ ਵਿੱਚ ਹੈ ਕਿ ਬੰਦਾ ਟ੍ਰੇਨਿੰਗ ਜ਼ਿਆਦਾ ਕਰ ਲੈਂਦਾ। ਕਿੰਨੇ ਦਿਨੋਂ ਮਤਲਬ ਜਿਸਮ ਵਾਰਮ ਅਪ ਵੀ ਹੁੰਦਾ ਤੇ ਉਹਨੇ ਦਿਨ ਕਿੰਨੀ ਟ੍ਰੇਨਿੰਗ ਕਰ ਚੁੱਕਿਆ ਹੁੰਦਾ ਗਰਮੀ ਨੂੰ ਤੁਸੀਂ ਥੋੜੀ ਜੀ ਟ੍ਰੇਨਿੰਗ ਕਰੋ ਤਾਂ ਤੁਸੀਂ ਪਸੀਨਾ ਪਸੀਨੀ ਹੋ ਜਾਣਾ ਇਦਾਂ ਹੀ ਤਾਂ ਦੇਖਣ ਵਾਲੇ ਨੂੰ ਵੀ ਲੱਗਣਾ ਏ ਕਿ ਬੰਦਾ ਬਹੁਤ ਜ਼ਿਆਦਾ ਟ੍ਰੇਨਿੰਗ ਕਰ ਲਈ ਹਾਲਾਂਕਿ ਉਹ ਥੋੜੀ ਜੀ ਟਾਈਮ ਚ ਵਾਰਮ ਅਪ ਜ਼ਿਆਦਾ ਹੋ ਗਿਆ ਹੁੰਦਾ ਤੇ ਇਸ ਕਰਕੇ ਇਹਦਾ ਫਰਕ ਹੈ ਤੇ ਸਰਦੀ ਦੇ ਵਿੱਚ ਬੈਸਟ ਹੈ ਟ੍ਰੇਨਿੰਗ ਕਰਨ ਲਈ ਪਾਕਿਸਤਾਨ ਦੇ ਵਿੱਚ ਸਭ ਤੋਂ ਅੱਛਾ ਜਿਹੜਾ ਵਾ ਸਟਾਪਰ ਕਿਹੜਾ ਚੱਲ ਰਿਹਾ ਭਾਈ ਟਾਈਮ ਟਾਈਮ ਦੀ ਗੱਲ ਹੈ ਹਰ ਬੰਦਾ ਆਪਣੇ ਟਾਈਮ 'ਚ ਐਵਰੇਜ ਦਿੰਦਾ ਤੁਸੀਂ ਕਿਸੇ ਨੂੰ ਕਲੀਅਰ ਨਹੀਂ ਕਹਿ ਸਕਦੇ ਕਿ ਆਹ ਬੰਦਾ ਚੰਗਾ ਐਸ ਵਕਤ ਕਿਹੜਾ ਚੱਲ ਰਿਹਾ ਐਸ ਟਾਈਮ ਭਾਜੀ ਮੇਰੇ ਆਈਡੀਏ ਦੇ ਨਾਲ ਜਿਹੜਾ ਨਾ ਐਵਰੇਜ ਦੇ ਹਿਸਾਬ ਨਾਲ ਅਬੈਸ ਕਿੰਗ ਮੁੰਡਾ ਠੀਕ ਹੈ ਬੈਸਟ ਹੈ ਉਹਦਾ ਬਕਾਇਆ ਹਰ ਬੰਦਾ ਹੀ ਚੰਗਾ ਜਿਹਨੇ ਮਿਹਨਤ ਕੀਤੀ ਉਹ ਚੰਗਾ ਹੀ ਹੁੰਦਾ ਭਾਜੀ ਤੇ ਜਿਹੜਾ ਇਸ ਟਾਈਮ ਚੱਲ ਰਿਹਾ ਰੀਡਰ ਰੀਡਰ ਕਿਹੜਾ ਸਭ ਤੋਂ ਅੱਛਾ ਚੱਲ ਰਿਹਾ ਰੀਡਰ ਭਾਜੀ ਅ ਜਿਹੜੀ ਨੈਸ਼ਨਲ ਹੋਈ ਹੈ ਉਹਦੇ ਵਿੱਚ ਦੇਖਿਆ ਕਿ ਵਿਕਾਸ ਬੱਟ ਔਰ ਕਲੀਮੁੱਲਾ ਜੱਟ ਮੁੰਡਾ ਦੋਨੇ ਹੀ ਅੱਛੇ ਰੇਡਰ ਰਹੇ ਹਨ ਨੇ ਅੱਛੀਆਂ ਰੇਡਾਂ ਪਾਈਆਂ ਇਹ ਪਾਇਨੇ ਮੈਨੂੰ ਲੱਗਦਾ ਕਿ ਜੇ ਵਿਕਾਸ ਬੱਟ ਗੁੱਸਾ ਬੁਛਦੀ ਕਰ ਜਾਂਦਾ ਨਹੀਂ ਹਰ ਬੰਦੇ ਦੀ ਆਪਣੀ ਆਪਣੀ ਇੱਕ ਤਬੀਅਤ ਹੈ ਨੇਚਰ ਹੁੰਦੀ ਹੈ ਹਾਂਜੀ ਕਿਉਂਕਿ ਮੈਂ ਇੱਕ ਦੋ ਵਾਰ ਦੇਖਿਆ ਨਾ ਉਹਨਾਂ ਨੂੰ ਜਿੱਥੇ ਡਚਕੋਡ ਕੱਪ ਹੋਇਆ ਵਾ ਉੱਥੇ ਮੜ ਜਾ ਪਿੱਛੇ ਰੈਫਰੀ ਨੇ ਜਾ ਕੇ ਕਹਤਾ ਤੂੰ ਗਲ ਪੈ ਗਿਆ ਤੇ ਹੋਰ ਵੀ ਇੱਕ ਜਗ੍ਹਾ ਤੇ ਮੈਂ ਵੇਖਿਆ ਉਹਨੂੰ ਤੇ ਆਪੋ ਆਪਣਾ ਨੇਚਰ ਦਾ ਹਿਸਾਬ ਹੁੰਦਾ ਵਾ ਲੇਕਿਨ ਪਲੇਅਰ ਨੂੰ ਇੰਨਾ ਗੁੱਸਾ ਨਹੀਂ ਕਰਨਾ ਚਾਹੀਦਾ ਕੀ ਖਿਆਲ ਤੁਹਾਡਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਲੇਅਰ ਵਾਸਤੇ ਗੁੱਸਾ ਤੇ ਨਹੀਂ ਮਗਰ ਉਹਦੇ ਵਿੱਚ ਇਹ ਹੁੰਦਾ ਨਾ ਕਿ ਬੰਦਿਆਂ ਦੇ ਵੀਪੀ ਹਾਈ ਹੋਏ ਹੁੰਦੇ ਆ ਨਹੀਂ ਪਤਾ ਲੱਗਦਾ ਬੰਦਿਆਂ ਨੂੰ ਤੇ ਉਸ ਟਾਈਮ ਉਹਨਾਂ ਦਾ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਵੈਸੇ ਪਲੇਅਰ ਨੂੰ ਵੀ ਚਾਹੀਦਾ ਹੈ ਕਿ ਨਰਮੀ ਰੱਖੇ ਗੇਮ ਨੂੰ ਗੇਮ ਸਮਝ ਕੇ ਖੇਲਣਾ ਚਾਹੀਦਾ ਫਿਰ ਜ਼ਿਆਦਾ ਟਾਈਮ ਲਈ ਬੰਦਾ ਖੇਲਣਾ ਅੱਛਾ ਭਾਈ ਨੇ ਸਹੀ ਦੱਸਣਾ ਵਾ ਕੁਝ ਸਟਰੀ ਰਾਈਟ ਇਸਤੇਮਾਲ ਕਰ ਰਹੇ ਜੀ ਕਿ ਨਹੀਂ ਮੈਂ ਭਾਜੀ ਸਟਰੀ ਰਾਈਟ ਇਸਤੇਮਾਲ ਕੀਤੀ ਹੈ ਬਿਲਕੁਲ ਕੀਤੀ ਹੈ ਉਹਦਾ ਸਟਰੀ ਰਾਈਟ ਦਾ ਸੈਡ ਇਫੈਕਟ ਹੀ ਹੁੰਦਾ ਅੱਜ ਮੈਂ ਪੈਗਾਮ ਵੀ ਦੇ ਦਾਂਗਾ ਨਵੇਂ ਮੁੰਡਿਆਂ ਵਾਸਤੇ ਸਾਡੇ ਪਾਕਿਸਤਾਨ ਦੇ ਵਿੱਚ ਜਿੰਨੇ ਵੀ 60 ਕਿਲੋ ਤੋਂ ਲੱਗ ਕੇ ਜਾਂ ਥੱਲੇ ਵੀ ਕੋਈ ਕਬੱਡੀ ਖੇលਦੇ ਨਾਲ ਉਹ ਹਰ ਬੰਦੇ ਦੀ ਖਾਹਿਸ਼ ਹੈ ਕਿ ਮੈਂ ਸਟਾਰ ਬਣ ਜਾ ਮੈਂ ਨਾ ਦਿਨ ਨਾ ਚੜੇ ਮੈਂ ਸਟਾਰ ਬਣ ਜਾ ਔਰ ਹਾਂਜੀ ਉਹਦੇ ਵਿੱਚ ਬਿਜ਼ਨਸਮੈਨ ਜਿਹੜੇ ਪਲੇਅਰ ਐਸੇ ਆ ਉਹ ਬਿਜ਼ਨਸ ਕਰ ਰਹੇ ਆ ਉਹਨਾਂ ਨੂੰ ਦੇ ਰਹੇ ਆ ਉਹਨਾਂ ਤੋਂ ਬਹੁਤ ਸਾਰੇ ਮਫਾਦ ਲੈਂਦੇ ਆ ਸਟੀਰਾਈਡ ਦਾ ਕਰਕੇ ਮਗਰ ਸਟੀਰਾਈਡ ਐਸੀ ਆ ਉਹ ਬੰਦੇ ਨੂੰ ਪਲੇਅਰ ਜ਼ਰੂਰ ਮਤਲਬ ਦਿਨਾਂ 'ਚ ਪ੍ਰੂਵਮੈਂਟ ਦੇ ਦਿੰਦੀ ਆ ਮਗਰ ਉਸ ਤੋਂ ਬਾਅਦ ਉਹ ਬੰਦਾ ਪੈਰਾਂ ਤੇ ਨਹੀਂ ਰਹਿੰਦਾ ਬਹੁਤ ਸਾਰੇ ਪਲੇਅਰ ਜਿਹੜੇ ਜਿਨ੍ਹਾਂ ਨੇ ਸਟੀਰਾਈਡ ਇਸਤੇਮਾਲ ਕੀਤੀ ਆ ਉਹ ਇੱਕ ਦੋ ਸੀਜ਼ਨ ਲਈ ਚੰਗੇ ਲੱਗਦੇ ਆ ਉਸ ਤੋਂ ਬਾਅਦ ਉਹ ਨਜ਼ਰਨੀਆਂ ਦੇ عوام ਨੂੰ ਚਾਹੀਦਾ ਹਾਜ਼ਰ ਮੌਕੇ ਆਪਣੇ ਆਪ ਨੂੰ ਫਿੱਟ ਰੱਖਣ ਵਾਸਤੇ ਮੈਂ ਆ ਤੇ ਕਵਾਂਗਾ ਕਿ ਦੇਸੀ ਗਜ਼ਾਈ ਹੋਣੀ ਚਾਹੀਦੀ ਬੰਦੇ ਦੀ ਦੋ ਦਿਨ ਲੇਟ ਪਲੇਅਰ ਬਣ ਜਾਓ ਪਰ ਜ਼ਿਆਦਾ ਟਾਈਮ ਲਈ ਵਾਸਤੇ ਤੁਸੀਂ ਰਹੋ ਬਿਲਕੁਲ ਬਿਲਕੁਲ ਤੇ ਸਪਲੀਮੈਂਟ ਦੇ ਵਿੱਚ ਜਿਹੜੀ ਸਪਲੀਮੈਂਟਰੀ ਹੈ ਇਹਦਾ ਕੀ ਹਿਸਾਬਦਾਰ ਸਪਲੀਮੈਂਟ ਜਿਹੜੇ ਉਹ ਠੀਕ ਹੈ ਸਟੀਰੋਇਡ ਨਾ ਇਸਤੇਮਾਲ ਕਰੋ ਤੁਸੀਂ ਪ੍ਰੋਟੀਨ ਲਓ ਹੋਰ ਚੀਜ਼ਾਂ ਲਓ ਮਤਲਬ ਸਟੀਰੋਇਡ ਇਸਤੇਮਾਲ ਨਾ ਕਰੋ ਅੱਛਾ ਉਮਰ ਭਾਈ ਇਹ ਦੱਸੋ ਕਿ ਇਹਦੀ ਸ਼ਨਾਖਤ ਦਾ ਕਿਵੇਂ ਪਤਾ ਚੱਲੇਗਾ ਕਿ ਜਿਹੜੀ ਫੂਡ ਸਪਲੀਮੈਂਟ ਆ ਇਹ ਅੱਛੀ ਕਿਹੜੀ ਆ ਦੋ ਨੰਬਰ ਕਿਹੜੀ ਆ ਭਾਈ ਫੂਡ ਸੈਵਲਿਮੈਂਟਸ ਤਕਰੀਬਨ ਅੱਛੇ ਹੀ ਹੁੰਦੇ ਆ ਕੰਪਨੀਆਂ ਅਲੱਗ ਅਲੱਗ ਹੁੰਦੀਆਂ ਇਹ ਹੁਣ ਤੁਹਾਡਾ ਬਲੱਡ ਕਿਹੜੀ ਐਕਸੈਪਟ ਕਰਦਾ ਕਿਹੜੀ ਨਹੀਂ ਕਰਦਾ ਇਹ ਡਾਕਟਰ ਦੱਸ ਸਕਦਾ ਤੇ ਉਸ ਤੋਂ ਇਲਾਵਾ ਤੇ ਨਹੀਂ ਸਲਾਹ ਮਸ਼ਵਰੇ ਤੋਂ ਵਗੈਰਾ ਕਰਨੀ ਚਾਹੀਦੀ ਬੰਦੇ ਨੂੰ ਅੱਛਾ ਤੁਹਾਡਾ ਕੀ ਖਿਆਲ ਆ ਜਿਮ ਕਰ ਲੈਣਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਜਿਮ ਤੁਹਾਨੂੰ ਹਲਕੀ ਫੁਲਕੀ ਕਰਨੀ ਚਾਹੀਦੀ ਹੈ ਮਤਲਬ 8 ਦਿਨ ਦੇ ਵਿੱਚ 1-2 ਦਿਨ ਕਰ ਲਈ ਬਸ ਠੀਕ ਹੈ ਪਰਮਾਨੈਂਟ ਨਹੀਂ ਕਰਨੀ ਚਾਹੀਦੀ ਇਹ ਦੱਸਣਾ ਭਾਜੀ ਤੁਸੀਂ ਕਿ ਕਬੱਡੀ ਕਿਸ ਬੰਦੇ ਨੂੰ ਖੇਡਣੀ ਚਾਹੀਦੀ ਹੈ ਕਿਹਨੂੰ ਨਹੀਂ ਖੇਡਣੀ ਚਾਹੀਦੀ ਪਰ ਕਬੱਡੀ ਸ਼ੌਕ ਨਾਲ ਖੇਢੀ ਜਾਂਦੀ ਹੈ ਜਿਹਨੂੰ ਸ਼ੌਕ ਹੈ ਉਹਨੂੰ ਖੇਡਣੀ ਚਾਹੀਦੀ ਹੈ ਇੱਕ ਬੰਦੇ ਨੂੰ ਸ਼ੌਕ ਆ ਉਹਦੇ ਘਰ ਦੇ ਉਹਨੂੰ ਇਜਾਜ਼ਤ ਨਹੀਂ ਦੇ ਰਹੇ ਉਹ ਚੋਰੀ ਜਾ ਕੇ ਖੇਡਣ ਡਿਆ ਵਾ ਭਾਜੀ ਕੋਸ਼ਿਸ਼ ਕਰੇ ਕਿ ਉਹ ਘਰਦਿਆਂ ਨੂੰ ਆਪਣੇ ਨੂੰ ਐਗਰੀ ਕਰੇ ਨਹੀਂ ਹੁੰਦੇ ਤੇ ਇਸ ਚੀਜ਼ ਨੂੰ ਛੱਡ ਦੇ ਜ਼ਰੂਰ ਸੱਟ ਲਵਾ ਕੇ ਮੁੜ ਕੇ ਘਰਦਿਆਂ ਨੂੰ ਵਕਤ ਨੂੰ ਪਾਣ ਬਿਲਕੁਲ ਐਹੀ ਚੀਜ਼ ਮੈਂ ਪੁੱਛਣਾ ਚਾਹੁੰਨਾ ਸਾਂ ਜਿਹੜੀ ਗੱਲ ਪੁੱਛੀਆ ਕਿਉਂਕਿ ਅਕਸਰ ਘਰਾਂ ਦੇ ਹਾਲਾਤ ਐਡੇ ਨਹੀਂ ਹੁੰਦੇ ਕਿ ਜਿਹੜੇ ਪਿੱਛੋਂ ਜਿਹੜੇ ਆ ਫੋੜ ਕਰ ਲੈਣ ਤੇ ਉਹਨਾਂ ਭਰਾਵਾਂ ਵਾਸਤੇ ਆ ਕਿ ਜਿਨ੍ਹਾਂ ਦਾ ਪਿੱਛੋਂ ਸਰਦਾ ਵਾ ਮਾ ਪਿਓ ਉਹਨਾਂ ਨੂੰ ਇਜਾਜ਼ਤ ਦਿੰਦਾ ਵਾ ਸਿਰਫ ਉਹ ਹੀ ਬੱਚੇ ਜਿਹੜੇ ਖੇਡਣ ਸ਼ੌਕ ਹਰ ਬੰਦੇ ਨੂੰ ਪੈ ਜਾਂਦਾ ਵਾ ਲੇਕਿਨ ਮੈਨੂੰ ਵੀ ਬਹੁਤ ਸ਼ੌਕ ਸੀ ਮੈਨੂੰ ਪਤਾ ਵਾ ਮੈਂ ਜਿਵੇਂ ਸੱਟ ਲਵਾਈ ਆ ਕਿਉਂਕਿ ਨਾ ਮੇਰਾ ਕੋਈ ਭਰਾ ਰਾਜੀ ਸੀ ਤੇ ਨਾ ਮੇਰੇ ਘਰ ਦੇ ਰਾਜੀ ਸੀ ਕਿਉਂਕਿ ਘਰ ਦੇ ਹਾਲਾਤ ਇੰਜ ਦੇ ਸੀ ਨੇਸੀ ਜਾਂਦੇ ਦਾ ਮਾਹੌਲ ਅਖੀਰ ਦੀ ਬਾਕੀ ਜਦੋਂ ਮੇਰਾ ਮੋਰਾ ਹਿੱਲ ਗਿਆ ਨਾ ਤੇ ਫੇਰ ਮੈਂ ਸਕੂਨਾਂ ਬਹਿ ਗਿਆ ਤੇ ਇਸ ਵਾਸਤੇ ਸਾਰਿਆਂ ਭਰਾਵਾਂ ਵਾਸਤੇ ਇਹ ਆ ਕਿ ਸਭ ਤੋਂ ਪਹਿਲੇ ਤੇ ਮਾਤ ਪਿਓ ਅਗਰ ਤੁਹਾਡਾ ਰਾਜੀ ਆ ਤੇ ਫੇਰ ਤੁਸੀਂ ਖੇਡ ਸਕਦੇ ਜੇ ਹੋਰ ਭਾਜੀ ਛੋਟੇ ਬੱਚਿਆਂ ਵਾਸਤੇ ਕੋ ਟਿਪਸ ਦਿਨਾ ਚਾਹੋ ਆਖਰੀ ਗੱਲ ਕੁਝ ਨਹੀਂ ਭਾਜੀ ਮਿਹਨਤ ਕਰਨੀ ਚਾਹੀਦੀ ਹੈ ਤੇ ਮਿਹਨਤੀ ਤਗੜੀ ਹੁੰਦੀ ਹੈ ਤੇ ਖਰਾਕ ਖਾਓ ਮਿਹਨਤ ਕਰੋ ਫੇਰ ਹਰ ਚੀਜ਼ ਮਿਲ ਜਾਂਦੀ ਬੰਦੇ ਨੂੰ ਠੀਕ ਹੋ ਗਿਆ ਜਨਾਬ ਇਸੇ ਨਾਲ ਸਾਨੂੰ ਇਜਾਜ਼ਤ ਦਿਓ ਜ਼ਿੰਦਗੀ ਰਹੀ ਫੇ ਮਿਲਾਂਗੇ ਨਏ ਟੌਪਿਕ ਤੇ ਅਸਲਾਮੁਅਲੈਕਮ